ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੁਧਿਆਣਾ MBD ਮਾਲ 'ਤੇ ਲੱਗੇ ਮੋਰਚੇ ਨੂੰ ਅੱਜ 140 ਦਿਨ ਹੋ ਚੁੱਕੇ ਨੇ। ਇਸ MBD ਮਾਲ ਦੇ ਮੋਰਚੇ ਦੇ ਪ੍ਰਧਾਨ ਭਰਪੂਰ ਸਿੰਘ ਤਰੀਕੇ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ MBD ਮਾਲ ਮੋਰਚੇ 'ਤੇ ਅੱਜ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਕਿਸਾਨਾਂ ਅੰਦਰ ਸਰਕਾਰ ਪ੍ਰਤੀ ਬਹੁਤ ਜ਼ਿਆਦਾ ਗੁੱਸਾ ਦੇਖਣ ਨੂੰ ਮਿਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਕਿਸਾਨਾਂ ਨੇ ਜਦ ਤੱਕ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਅਤੇ MSP ਦੀ ਗਰੰਟੀ ਨਹੀਂ ਮਿਲ ਜਾਂਦੀ ਉਦੋਂ ਤੱਕ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ। ਆਓ ਦੇਖਦੇ ਹਾਂ ਲੁਧਿਆਣਾ ਤੋਂ ਓਮ ਪ੍ਰਕਾਸ਼ ਵਰਮਾ ਤੇ ਕੇਸ਼ ਲਾਡੀ ਦੀ ਏਅਰਪੋਰਟ। ਸਾਰੇ ਸਾਨੂੰ ਆਪਣੇ ਦਿੱਲੀ ਤੋਂ ਸਾਡੀ ਕਿਸਾਨ ਜਥੇਬੰਦੀਆਂ ਦਾ ਸੰਦੇਸ਼ ਆਇਆ ਵੀ ਅੱਜ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਨੇ ਜੋ ਉਹਨਾਂ ਨੇ ਕਾਲੇ ਕਾਨੂੰਨ ਸਾਡੇ ਖਿਲਾਫ਼ ਕਿਸਾਨਾਂ ਦੇ ਖਿਲਾਫ਼ ਕਿਸਾਨ ਮਜ਼ਦੂਰਾਂ ਨੂੰ ਨਾਲ ਧੱਕਾ ਕੀਤਾ ਕਰੋਨਾ ਦੀ ਆੜ ਵਿੱਚ ਕਿ ਸਾਡੇ 'ਤੇ ਥੋਪੇ ਗਏ ਆ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੀ ਨਹੀਂ ਹੈ। ਅਸੀਂ ਇਹ ਮੋਦੀ ਸਰਕਾਰ ਤੱਕ ਇਹ ਆਪਣੀ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਵੀ ਸਾਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ। ਵਿਰੋਧ ਕਰ ਰਹੇ ਹੋ ਅਸੀਂ ਵੀ ਜਮਹੂਰੀਅਤ ਨਾਲ ਅਸੀਂ ਸ਼ਾਂਤ ਪਾਈ ਬੈਠੇ ਸੀ ਤੁਸੀਂ ਸਾਨੂੰ ਸੜਕਾਂ ਤੇ ਕਿੱਲ ਲਾ ਤੇ ਟੋਏ ਕੱਟ ਤੇ ਕਿ ਉਹ ਜਮਹੂਰੀਅਤ ਦਾ ਕਤਲ ਨਹੀਂ ਹੈ ਉਹ ਵੀ ਦੱਸੋ ਸਰਕਾਰ ਨੂੰ ਸਾਰੇ ਪਾਸੇ ਤੁਹਾਡਾ ਵਿਰੋਧ ਕਿਉਂ ਹੋ ਰਿਹਾ ਵਾ ਤੁਸੀਂ ਜੱਟ ਤੱਕ ਜਾਓ ਵੀ ਕਿਉਂ ਹੋ ਰਿਹਾ ਇਹ ਜਿਹੜਾ ਜਨਦਾਤਾ BJP ਸਰਕਾਰ ਹੀ ਹੈ ਇਸ ਵਿਰੋਧ ਦਾ ਉਹਨੂੰ ਸੋਚਣਾ ਚਾਹੀਦਾ ਸਰਕਾਰਾਂ ਨੂੰ ਸਾਡਾ ਵਿਰੋਧ ਕਿਉਂ ਹੋ ਰਿਹਾ ਵਾ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ ਇਹਨਾਂ ਨੂੰ। MBD ਮਾਲ ਦੇ ਬਾਹਰ ਜੋ ਮੋਰਚਾ ਲਾਇਆ ਕਿਸਾਨਾਂ ਦੇ ਹੱਕ ਦੇ ਵਿੱਚ ਅੰਬਾਨੀ ਅਡਾਨੀ ਦੇ ਵਿਰੋਧ ਦੇ ਵਿੱਚ ਲਾਇਆ ਹੋਇਆ ਜੋ ਇਹਨਾਂ ਦੇ MBD ਮਾਲ ਦੇ ਵਿੱਚ ਸਟੋਰ ਹੈਗੇ ਨੇ ਜਿੰਨੇ ਵੀ ਇਹਨਾਂ ਦੇ ਪ੍ਰੋਡਕਟ ਚੇਂਜ ਹੋਏ ਅਤੇ ਇੱਕ ਵਿਕ ਰਹੇ ਨੇ ਉਹਨਾਂ ਨੂੰ ਸਾਰੇ ਅਸੀਂ ਇਹਨਾਂ ਦੇ ਸਟੋਰ ਬੰਦ ਕਰਵਾਏ ਹੋਏ ਨੇ ਅਤੇ ਉਹਨਾਂ ਦੇ ਵਿਰੋਧ ਵਿੱਚ ਅੰਬਾਨੀ ਅਡਾਨੀ ਜਾਂ ਕਹਿ ਲਓ ਜੋ ਸਾਡੇ 'ਤੇ ਕਾਲੇ ਕਾਨੂੰਨ ਤਿੰਨ ਇਹਨਾਂ ਨੇ ਜ਼ਬਰਦਸਤੀ ਮੜਤੇ ਉਹ ਕਾਨੂੰਨਾਂ ਦੇ ਵਿਰੋਧ ਦੇ ਕਰਕੇ ਅਸੀਂ ਇਹਨਾਂ ਨੇ ਇੱਥੇ ਧਰਨਾ ਲਾਇਆ ਹੋਇਆ। ਦੇਖੋ ਜੀ ਹਜੇ ਤੱਕ ਕੁਛ 2 ਮਿੰਟ ਦਾ ਮੌਨ ਤਾਂ ਧਾਰ ਨਹੀਂ ਸਕੇ ਪਾਰਲੀਮੈਂਟ ਦੇ ਵਿੱਚ ਅਤੇ ਉਹ ਸਾਨੂੰ ਸਰਕਾਰਾਂ ਕੀ ਦੇ ਦੇਣਗੀਆਂ ਸਰਕਾਰਾਂ ਤੁਹਾਡੇ ਸਾਹਮਣੇ ਆ ਜੋ ਕੁਛ ਜੇ ਸਰਕਾਰਾਂ ਦਿੰਦੀਆਂ ਹੁੰਦੀਆਂ ਤਾਂ ਕਿਸਾਨ ਕਿਉਂ ਧਰਨੇ ਲਾਉਂਦਾ ਕਿਉਂ ਦਿੱਲੀ ਜਾਂਦਾ 200-250 ਤੋਂ ਉੱਪਰ ਸਾਡੇ ਜਿਹੜੇ ਕਿਸਾਨ ਭਰਾ ਮਰ ਚੁੱਕੇ ਨੇ ਉਹਨਾਂ ਦਾ ਸ਼ਹੀਦ ਹੋ ਚੁੱਕੇ ਨੇ ਉਹਨਾਂ ਦਾ ਇੱਕ ਵੀ ਲਫ਼ਜ਼ ਵੀ ਇਹਨਾਂ ਦੇ ਮੂੰਹ ਤੋਂ ਸਰਕਾਰ ਦੇ ਮੂੰਹ 'ਚੋਂ BJP ਸਰਕਾਰ ਦੇ ਲੀਡਰਾਂ ਤੋਂ ਵੱਡਿਆਂ ਵੱਡਿਆਂ ਦੇ ਮੂੰਹ 'ਚੋਂ ਹਜੇ ਤੱਕ 2 ਮਿੰਟ ਦਾ ਉਹਨਾਂ ਨੇ ਮੌਨ ਨਹੀਂ ਧਾਰਨ ਕੀਤਾ ਉਹ ਸਾਨੂੰ ਕੀ ਦੇ ਦੇਣਗੇ ਸੋ ਸੋ ਜੋ ਕੈਪਟਨ ਸਾਹਿਬ ਨੇ ਜਾਣੀ ਕੱਲ੍ਹ ਦਾ ਐਲਾਨ ਕੀਤਾ ਸੀਗਾ ਜੀ ਵੀ 1 ਘੰਟਾ ਜਾਣੀ ਮੌਨ ਵਰਤ ਰੱਖਿਆ ਹੋਊ ਜੀ ਆਵਾਜਾਈ ਬੰਦ ਕੀਤੀ ਜਾਊਗੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਆਵਾਜਾਈ ਤਾਂ ਨੋਰਮਲ ਦੀ ਤਰ੍ਹਾਂ ਉਹ ਉੱਦਾਂ ਹੀ ਚੱਲਦੀ ਸੀਗੀ ਉਹਨਾਂ ਦੇ ਐਲਾਨ ਤਾਂ ਉਹਨਾਂ ਨੂੰ ਹੁਣ ਮੂਹਰੇ ਇਲੈਕਸ਼ਨ ਆਉਂਦੇ ਆ ਉਹਨਾਂ ਨੇ ਸਾਰਾ ਕੁਝ ਕਰਨਾ ਹੀ ਕਰਨਾ ਵਾ ਠੀਕ ਹੈ ਜੀ ਅਤੇ ਜਿਹੜਾ ਤੁਸੀਂ ਇਹ ਕਹਿੰਦੇ ਆ ਵੀ ਅਸੀਂ ਟ੍ਰੈਫਿਕ ਬੰਦ ਕਰਾਂਗੇ ਟ੍ਰੈਫਿਕ ਨੋਰਮਲ ਉੱਦਾਂ ਹੀ ਚੱਲਦੀ